ਹੈਲੋ ਦੋਸਤੋ ਮੋਸਟ ਵੈਲਕਮ ਹਿੰਦੀ ਦੇ ਲੈਕਚਰ ਨੰਬਰ 3 ਦੇ ਵਿੱਚ ਤਾਂ ਹਿੰਦੀ ਦੇ ਜਿਹੜੇ ਬੱਚਾ ਨੇ ਪਿਛਲੇ ਲੈਕਚਰ ਨਹੀਂ ਦੇਖੇ ਦੋ ਉਹ ਦੇਖ ਸਕਦਾ ਹੈ 40 ਉਹਨਾਂ ਵਿੱਚ ਆਪਾਂ ਐਮਸੀਕਿਊ ਕੰਪਲੀਟ ਕੀਤੇ ਹੋਏ ਆ ਸਿਲੇਬਸ ਦੇ ਵਾਈਸ ਤਾਂ ਅੱਜ ਆਪਾਂ ਕਰਾਂਗੇ 41 ਤੋਂ ਲੈ ਕੇ 60 ਤੱਕ ਤੇ ਧਿਆਨ ਨਾਲ ਦੇਖ ਲਿਓ ਮੋਸਟ ਇੰਪੋਰਟੈਂਟ ਜਿਹੜੇ ਕੁਐਸਚਨ ਹੋਣ ਵਾਲੇ ਆ ਤਾਂ ਜਿਹੜੇ ਬੱਚਾ ਨੇ ਇਹ ਕਰ ਲਏ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕਿਤੋਂ ਹੋਰ ਜਿਹੜਾ ਟਫ ਕੁਐਸਚਨ ਮਿਲਣ ਵਾਲੇ ਆ ਬਹੁਤ ਵਧੀਆ ਤੇ ਰੇਅਰ ਕੁਐਸਚਨ ਦੇਖਣ ਨੂੰ ਮਿਲਣਗੇ ਤੁਹਾਨੂੰ तो आप करते हैं फर्स्ट क्वेश्चन वाल चलते हैं अ फोर्ट वन नंबर क्वेश्चन अपने को निमन निम्नलिखित में से अंतस्थ व्यंजन कौन सा है जोड़ा अंतस्थ व्यंजन है इन्हों चारों के योग अपने को राइट आंसर अपने को फोर्टी वन का है, वो है बी ठीक है कि अंथस्थम व्यंजन इन्होंने के अपने को बी नैक्सट चलते हैं इनमें से ओ ਦਾ ਉਚਾਰਨ ਸਥਲ ਕੌਨ ਸਾ ਹੈ ਇਹਦੇ ਵਿੱਚ ਆਪਾਂ ਦੱਸਣਾ ਕਿ ਉਹ ਹੈ ਜਿਹੜਾ ਉਹਦਾ ਉਚਾਰਨ ਸਥਲ ਕਿਹੜਾ ਹੈਗਾ ਦੰਤ ਹੈ ਮੁਰਧਰਾ ਹੈ ਦੰਤ કંਠੋਸਟਿਆ ਹੈ ਤਾਂ ਆਪਣਾ ਰਾਈਟ ਆਨਸਰ ਕੀ ਹੈ ਉਹ ਕਿਹੜਾ ਉਚਾਰਨ ਸਥਾਨ ਹੈਗਾ 43 ਕਿਨ ਦਾ ਆਪਣੇ ਕੋਲ ਰਾਈਟ ਆਨਸਰ ਆਊਗਾ ਡੀ કંਠੋਸਟਿਆ ਬਹੁਤ ਵਧੀਆ ਕੁਸਚਨ ਹੋਣਗੇ ਬਸ ਧਿਆਨ ਦੇਣਾ ਥੋੜਾ ਜਿਹਾ ਤਾਂ ਤੁਹਾਨੂੰ ਬਹੁਤ ਜਿਹੜਾ ਕਹਿ ਲਓ ਕਿ ਵਧੀਆ ਵੇ ਨਾਲ ਯਾਦ ਹੋਣ ਵਾਲੇ ਆ ਇਹ ਨੈਕਸਟ ਚੱਲਦੇ ਹਾਂ 43rd ਵਾਲ ਚ ਔਰ ਛ ਵਰਨ ਦਾ ਉਚਾਰਨ ਸਥਾਨ ਆਪਾਂ ਹੁਣ ਪਹਿਲਾਂ ਓ ਦਾ ਕੀਤਾ ਸੀ ਹੁਣ ਆਪਾਂ ਦੱਸਣਾ ਕਿ ਚ ਤੇ ਛ ਦਾ ਜਿਹੜਾ ਉਚਾਰਨ ਸਥਾਨ ਕਿਹੜਾ ਹੈ ਤਾਲੂ ਹੈ ਮੁਰਧਰ ਹੈ ਓਸ਼ਥ ਹੈ ਤੇ કંਠ ਹੈ ਤਾਂ ਆਪਣਾ ਰਾਈਟ ਆਨਸਰ ਕੀ ਆਊਗਾ 43 ਦਾ 43 ਦਾ ਆਪਣਾ ਕੋ ਰਾਈਟ ਆਨਸਰ ਆਊਗਾ ਏ ਤਾਲੂ ਠੀਕ ਹੈ ਤੁਸੀਂ ਬੋਲ ਕੇ ਵੀ ਇਹਨਾਂ ਨੂੰ ਦੇਖ ਸਕਦੇ ਆਂ ਤੇ ਨੈਕਸਟ ਚੱਲਦੇ ਆਂ 44ਵਾਂ ਕ ਗ ਬੇਰ ਬਿੰਦੀ ਵਾਲਾ ਜ ਤੇ ਫ ਧਵਨੀਆਂ ਕਿਸ ਕੀ ਹਨ ਇਹ ਜਿਹੜੀਆਂ ਚਾਰੋਂ ਦਵਨੀਆਂ ਇਹ ਕਿੱਥੋਂ ਦੀਆਂ ਸੰਸਕ੍ਰਿਤ ਕੀ ਹੈ ਅਰਬੀ ਫਾਰਸੀ ਕੀ ਹੈ ਅੰਗਰੇਜ਼ੀ ਕੀ ਹੈ ਜਾਂ ਦੱਖਣੀ ਭਾਸ਼ਾਵਾਂ ਕੀ ਹੈ ਤੁਮਨ ਰਾਈਟ ਅਨਸਰ ਕੀ ਆਊਗਾ ਦਵਨੀਆਂ ਯਾਦ ਕਰ ਲਓ ਕਿਹੜੀਆਂ-ਕਿਹੜੀਆਂ ਹੈਗੀਆਂ ਤਾਂ 44 ਦਵਨੀਆਂ ਕੋ ਰਾਈਟ ਅਨਸਰ ਆਊਗਾ ਬੀ ਅਰਬੀ ਫਾਰਸੀ ਕੀ ਠੀਕ ਹੈ ਕੀ ਅਨਸਰ ਆਊਗਾ ਅਰਬੀ ਫਾਰਸੀ ਕੀ ਇੱਕ ਤੁਹਾਨੂੰ ਮੈਂ ਹੋਰ ਚੀਜ਼ ਦੱਸ ਦਿੰਦਾ ਜਿਹੜੀ ਮੋਕ ਟੈਸਟ ਵਿੱਚ ਹਿੰਦੀ ਹੁੰਦੀ ਹੈ ਉਹ ਟੌਪਿਕ ਵੱਖਰੇ ਹੁੰਦੇ ਆ ਠੀਕ ਹੈ ਇਹ ਨਾ ਸੋਚੋ ਕਿ ਜਿਹੜੇ ਇਹ ਕਰਾਈ ਜਾਂਦੇ ਆ ਇਹੀ ਚੱਕ-ਚੱਕ ਮੋਕ ਟੈਸਟ ਦੇ ਵਿੱਚ ਪਈ ਜਾਂਦੇ ਨੇ ਨਹੀਂ ਜਿਹੜੇ ਹਿੰਦੀ ਮੌਕ ਟੈਸਟ ਵਾਲੇ ਸਾਰੇ ਸਬਜੈਕਟ ਆ ਜਿਹੜੇ ਤੁਹਾਨੂੰ ਡਿਫਰੈਂਟ ਤੇ ਮੋਸਟ ਇੰਪੋਰਟੈਂਟ ਵੈਲਿਊਏਬਲ ਕੁਸਚਨ ਹਰ ਇੱਕ ਲੈਕਚਰ ਆਪਣੇ ਆਪ ਦੇ ਵਿੱਚ ਵੈਲਿਊ ਪ੍ਰੋਵਾਈਡ ਕਰੂਗਾ ਤੁਹਾਨੂੰ ਇਹ ਵਹਿਮ ਚ ਨਾ ਤੁਰੇ ਫਿਰਿਓ ਕਿ ਜਿਹੜਾ ਹਿੰਦੀ ਹੁਣ ਲਾ ਲਈ ਤਾਂ ਮੌਕ ਟੈਸਟ ਦੀ ਹਿੰਦੀ ਪੜਨ ਦੀ ਲੋੜ ਨਹੀਂ ਉਹ ਵੱਖਰੇ ਟੋਪਿਕ ਹੈ ਉਹ ਆਪਣੀ ਥਾਂ ਤੇ ਵੱਖਰਾ ਟੋਪਿਕ ਚੱਲੀ ਜਾਂਦਾ ਲਿੰਗ ਵਚਨ ਸਾਰੇ ਨਵੀਆਂ-ਨਵੀਆਂ ਚੀਜ਼ਾਂ ਚੱਲਦੀਆਂ ਇਹਦੇ ਵਿੱਚ ਤੁਹਾਨੂੰ ਹੋਰ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤਾਂ ਨੈਕਸਟ ਚੱਲਦੇ ਆਂ ਤਾਲਵੀਂ ਵਿਅੰਜਨ ਹੈ ਇਹਦੇ ਵਿੱਚੋਂ ਤਾਲਵੀਂ ਵਿਅੰਜਨ ਕਿਹੜੇ ਹੈਗੇ ਆ ਫਸਟ ਵਾਲਾ ਸੈ थर्ड या फोर्थ तो अपना राइट right आंसर क्या होगा तालमी मंजिन इन्होंने के फोर्टी फिफ्थ का अपने राइट आंसर right है बी छ च, च, ज, 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 आले ठीक है नैक्सट चलते अपन फोर्टी सिक्स कौन वर्ण गोष नहीं है इन्होंने कि वर्ण गोष नहीं है वर्ण गोष इन्हों रेड तो अपना राइट आंसर की होगा कि वर्ण गोश नहीं है वह आऊगा right अपने को फोर्टी सिक्स का सी ਤਾਂ ਠੀਕ ਹੈ ਇਹ ਮੈਂ ਵਾਰ-ਵਾਰ ਕਹਿ ਰਿਹਾ ਜਿਹੜੇ ਹਿੰਦੀ ਲੈਕਚਰ ਦੇ ਵਿੱਚ ਦੇਖੋਗੇ ਉਸ ਤੋਂ ਵੀ ਜ਼ਿਆਦਾ ਵਧੀਆ ਕੁਸਚਨ ਦੇਖਣ ਨੂੰ ਮਿਲਣਗੇ ਤੁਹਾਨੂੰ ਨੈਕਸਟ ਚਲਦੇ ਆ ਕਿਹੜੇ ਸ਼ਬਦ ਮੇ ਰਿਸ਼ੀ ਰਿਆਲਾ ਠੀਕ ਹੈ ਸਵਰ ਨਹੀਂ ਹੈ ਇਹਦੇ ਵਿੱਚ ਕਿਹੜੇ ਚਾਹਨੇਗਾ ਕਿਰਪਾ ਕ੍ਰਿਸ਼ਨ ਦ੍ਰਿਸ਼ਟੀ ਤੇ ਆਜ ਤਾਂ ਆਪਣੇ ਕੋ ਸਿੱਧਾ-ਸਿੱਧਾ ਆਨਸਰ ਵੀ ਆ ਸੋਖੇ ਵੀ ਆਪਾਂ ਨਾਲ-ਨਾਲ ਕਰਨੇ ਆ ਰਾਈਟ ਆਨਸਰ ਕੀ ਆਊਗਾ ਆਜ ਨੰਬਰ 4 ਆਜ ਨੈਕਸਟ ਚਲਦੇ ਆ 48ਵਾਂ ਇਨ ਦਵਨੀਆਂ ਕੋ ਅਨੁਸਵਾਰ ਕਹਾ ਜਾਤਾ ਹੈ ਕਿੜੀਆਂ ਦਵਨੀਆਂ ਜਿਨਾਂ ਨੂੰ ਅਨੁਸਵਾਰ ਕਿਹਾ ਜਾਂਦਾ ਹੈ ਸਵਰ ਕੇ ਬਾਦ ਮੇ ਆਨੇ ਵਾਲੀ ਨਾਂਸਿੰਗ ਦਵਨੀਆਂ ਸਵਤੰਤਰ ਰੂਪ ਸੇ ਉਚਰਿਤ ਦਵਨੀਆਂ ਸਵਰ ਕੇ ਸਾਥ ਆਨੇ ਵਾਲੀ ਧਵਨੀਆਂ ਵਿਅੰਜਨ ਕੇ ਬਾਦ ਮੇ ਆਨੇ ਵਾਲੀ ਦਵਨੀਆਂ ਇਨਾਂ ਚਾਰਾਂ ਵਿੱਚੋਂ ਕਿੜੀਆਂ ਦਵਨੀਆਂ ਜਿਨਾਂ ਨੂੰ ਅਨੁਸਵਾਰ ਕਿਹਾ ਜਾਂਦਾ ਤਾਂ ਇਹਦੇ ਵਿੱਚ ਕੀ ਆਊਗਾ ਆਪਣਾ ਰਾਈਟ ਆਨਸਰ 48ਵਾਂ ਆਪਣੇ ਕੋਲ ਆਊਗਾ ਏ ਸਵਰ ਕੇ ਬਾਦ ਆਨੇ ਵਾਲੀ ਦਵਨੀਆਂ ਨਾਨਸਿੰਘ ਦਵਨੀਆਂ ਠੀਕ ਹੈ ਉਹਨਾਂ ਨੂੰ ਕੀ ਕਹਿੰਦੇ ਆ ਅਨੁਸਵਾਰ ਨੈਕ ਚਲਦੇ ਆ ਉਹ ਤੇ ਉਹ ਕਿਸ ਪ੍ਰਕਾਰ ਕੇ ਵਰਨ ਹੈ ਆਪਾਂ ਤੁਹਾਨੂੰ ਮੈਂ ਹੁਣੇ ਵੀ ਇੱਕ ਨਿੱਕਾ ਜਿਹਾ ਹਿੰਟ ਦਿੱਤਾ ਸੀ ਜਿਹੜੇ ਬੱਚਿਆਂ ਦਾ ਧਿਆਨ ਦੇ ਰਹੇ ਆ ਕੁਸਚਨਾਂ ਦਾ ਉਹਨਾਂ ਨੂੰ ਤਾਂ ਪਤਾ ਹੋਊਗਾ ਉਹ ਤੇ ਉਹ ਕਿਸ ਪ੍ਰਕਾਰ ਦੇ ਵਰਨ ਹੈ ਤਾਲਵੀ ਹੈ ਮੁਰਦਨਿ ਹੈ ਦਨੋਸ਼ਟੀ ਹੈ ਦੰਤੋਸ਼ਟੀ ਹੈ ਤੇ કંਠੋਸ਼ਟੀ ਹੈ ਤਾਂ ਆਪਣਾ ਰਾਈਟ ਆਨਸਰ ਕੀ ਹੋਊਗਾ ਪਕੇੜਾ ਉਹ ਵਾਲਾ ਕੀਤਾ ਸੀ ਹੁਣ ਤਮਨ ਰਾਈਟ ਆਨਸਰ ਕੀਆ ਹੋਗਾ ਫਿਰ 49 ਦਾ ਡੀ ਕੰਠੋਸ਼ਟ ਹੈ ਠੀਕ ਹੈ ਨੈਕਸਟ ਚਲਦੇ ਆ 50 ਨੰਬਰ ਕੁਸਚਨ ਹਿੰਦੀ ਵਰਣਮਾਲਾ ਮੇਂ ਵਰਣ ਠੀਕ ਹੈ ਇਹ ਦੋ ਤਰ੍ਹਾਂ ਨਾਲ ਰਿਪਰੈਜ਼ੈਂਟ ਕੀਤੇ ਗਏ ਆ ਇੱਕ ਤਰ੍ਹਾਂ ਨਾਲ ਹੁਣ ਤੁਹਾਨੂੰ ਕਰਾ ਦੇਣਾ ਤੇ ਇੱਕ ਤੁਹਾਨੂੰ ਬਾਅਦ ਦੇ ਵਿੱਚ ਕਰਵਾ ਦੂੰਗਾ ਨੈਕਸਟ ਲੈਕਚਰ ਦੇ ਵਿੱਚ ਕਰ ਲਾਂਗੇ ਤਾਂ ਇੱਕ ਉਚਾਰਨ ਦੇ ਰੂਪ ਵਿੱਚ ਹੈਗੇ ਆ ਠੀਕ ਹੈ ਉਹ ਵੀ ਆਪਾਂ ਕਰਾਂਗੇ ਤਾਂ ਤੁਮਨ ਰਾਈਟ ਆਨਸਰ ਕੀਆ ਹੋਗਾ ਹਿੰਦੀ ਵਰਣਮਾਲਾ ਮੇਂ ਵਰਣ ਉਹ ਆਊਗਾ ਆਪਣੇ ਕੋਲੇ ਬੀ 52 ਠੀਕ ਹੈ B 52 ਇਹਦੇ ਅੱਲ ਨਾਲ ਜਾਓ ਕਿ ਇੱਥੇ ਉੱਤਰ ਲਿਖਿਆ ਹੋਇਆ ਹੈ ਇੱਥੇ ਨਾ ਧਿਆਨ ਦਿਓ ਆਪਣਾ ਰਾਈਟ ਆਨਸਰ ਆਊਗਾ B 52 ਕਿਤੇ ਸੋਚੀ ਚੱਲੋ 55 ਤੇ ਉੱਤਰ ਲਿਖਿਆ ਹੈ ਅੱਗੇ ਉਹ ਸਹੀ ਹੈ 52 ਆਨਸਰ ਆਊਗਾ ਨੈਕਸਟ ਚਲਦੇ ਹਾਂ ਸਵਰਧਵਨੀ ਦੇ ਕਿਹ ਪ੍ਰਕਾਰ ਹਨ ਦੀਰਗ ਇਹਨਾਂ ਵਿੱਚੋਂ ਸਵਰਧਵਨੀ ਦੇ ਕਿਹੜੇ ਪ੍ਰਕਾਰ ਹੈ ਠੀਕ ਹੈ ਦੀਰਗ ਪਲुत ਹਰਸ਼ਵ ਤੇ ਸਾਤੀ ਨਹੀਂ ਤਾਂ ਆਪਣਾ ਰਾਈਟ ਆਨਸਰ ਕੀ ਆਊਗਾ ਸਵਰਧਵਨੀ ਦੇ ਪ੍ਰਕਾਰ ਹੈ ਤਿੰਨੇ ਹੀ ਠੀਕ ਹੈ ਜੇ ਪੁੱਛਿਆ ਜਾਵੇ ਤਾਂ ਤੈ ਤਿੰਨੋਂ ਨੋਟ ਕਰ ਲਿਓ ਇਹ ਤੁਹਾਨੂੰ ਪੀਡੀਐਫ ਮਿਲ ਜੂਗੀ ਬੇਫਿਕਰ ਹੋ ਜਾ ਲਿਖਣ ਦੀ ਲੋੜ ਨਹੀਂ ਤੁਹਾਨੂੰ ਬਸ ਸਮਝ ਲਓ ਤੇ ਸੁਣ ਕੇ ਤੇ ਯਾਦ ਕਰ ਲਓ ਨੈਕਸਟ ਹੈ ਆਧੁਨਿਕ ਵਿਆਕਰਨ ਕੀ ਦ੍ਰਿਸ਼ਟੀ ਸੇ ਬ ਵਰਨ ਜਿਹੜਾ ਉਹ ਵੈਸ਼ਿਸ਼ਟਿਆ ਹੈ ਠੀਕ ਹੈ ਧਿਆਨ ਨਾਲ ਇਹਨੂੰ ਪੜੋ ਤਾਂ ਇਹਦੇ ਵਿੱਚ ਆਪਾਂ ਗੱਲ ਕੀ ਕੀਤੀ ਹੈ ਇਹਨਾਂ ਚਾਰਾਂ ਵਿੱਚੋਂ ਕਿਹੜਾ ਹੈਗਾ ਇਹ ਤੁਹਾਨੂੰ ਮੈਂ ਹੁਣ ਰੀਡ ਕਰੂੰਗਾ ਤਾਂ ਤੁਸੀਂ ਥੋੜੇ ਜਿਹੇ ਕਨਫਿਊਜ਼ ਹੋ ਜਾਓਗੇ ਤਾਂ ਕਰਕੇ ਮੈਂ ਤੁਹਾਨੂੰ ਸਿੱਧਾ ਆਨਸਰ ਹੀ ਦੱਸ ਦਿੰਨਾ ਤਾਂ ਇਹਦਾ ਰਾਈਟ ਆਨਸਰ ਆਪਣੇ ਕੋਲ 50 ਸੈਕਿੰਡ ਦਾ ਕੀਆ ਹੋਊਗਾ वो आऊगा अपने को बी ठीक है द्वय शोष्ट्य स्पर्श अलपराण गोश निनु ठीक है नेक्स्ट चलते हैं अपन निम्न में से अर्ध स्वर कहलाता है अर्ध स्वर केड़ा कहलाता है य पर या ल तो अपना राइट आंसर किया होगा इनका केड़ा कहलाता है होगा इनके बीचों फिफ्टी थर्ड का था। फिफ्टी थर्ड था अपने को राइट आंसर आऊगा ए य ਉਹਨਾਂ ਆਨਲਾਈਨ ਟੈਸਟ ਵੀ ਸਟਾਰਟ ਹੋ ਚੁੱਕੇ ਆ ਠੀਕ ਹੈ ਜਿਹੜੇ ਬੱਚਾ ਨੇ ਨਹੀਂ ਦਿੱਤੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ 73 ਹੁਣ ਤੱਕ ਆਨਲਾਈਨ ਟੈਸਟ ਹੋ ਚੁੱਕੇ ਆ ਉਹਦੇ ਵਿੱਚ ਵੀ ਡਿਫਰੈਂਟ ਕੁਐਸਚਨ ਦੇਖਣ ਨੂੰ ਮਿਲਣਗੇ ਤੁਹਾਨੂੰ ਪੀਡੀਐਫ ਚਾਹੀਦੀਆਂ ਵੈਬਸਾਈਟ ਤੇ ਸਾਰੀਆਂ ਪ੍ਰੋਵਾਈਡ ਹੈ ਤੁਹਾਨੂੰ ਜਿਹੜੀਆਂ ਜਿਹੜੀਆਂ ਆਪਾਂ ਸਟਾਰਟ ਕੀਤੀਆਂ ਹੋਈਆਂ ਇਨ ਫਿਊਚਰ ਵੀ ਆਉਂਦੀਆਂ ਰਹਿਣਗੀਆਂ ਤਾਂ ਨੈਕਸਟ ਚੱਲਦੇ ਆਪਾਂ ਮਹਾਪ੍ਰਾਨ ਧਵਨੀਆਂ ਵਿਅੰਜਨ ਵਰਗ ਮੇ ਕਿਸ ਸੇ ਸੰਬੰਧਿਤ ਹੈ ਠੀਕ ਹੈ ਵਯੰਜਨ ਦੇ ਕਿਹੜੇ ਵਰਗ ਨਾਲ ਸੰਬੰਧਿਤ ਹੈ ਜਿਹੜੀਆਂ ਮਹਾਪ੍ਰਾਂਦਵਨੀਆਂ ਪਹਿਲਾ ਦੂਸਰਾ ਦੂਸਰਾ ਤੀਸਰਾ ਦੂਸਰਾ ਚੌਥਾ ਜਾਂ ਪਹਿਲਾ ਚੌਥਾ ਤਾਂ ਆਪਣਾ ਰਾਈਟ ਆਨਸਰ ਕੀ ਆਊਗਾ 54 ਦਾ ਉਹ ਆਪਣੇ ਕੋਲ ਆਊਗਾ ਸੀ ਦੂਸਰਾ ਤੇ ਚੌਥਾ ਧਿਆਨ ਰੱਖਿਆ ਕਰੋ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਵੀ ਨੈਕਸਟ ਚਲਦੇ ਹਾਂ ਬਾਦਸ਼ਾਹ ਕੀ ਸਾਰਥਕ ਲਗਉਤਮ ਇਕਾਈ ਹੈ ਬਾਦਸ਼ਾਹ ਜਿਹੜੀ ਸਾਰਥਕ ਸਾਰਥਕ ਲਗਉਤਮ ਇਕਾਈ ਕਿਹੜੀ ਹੈ ਸ਼ਬਦ ਹੈ ਦ ਦਵਨੀਆ ਸਵਾਮਿਆ ਤਾਂ ਆਪਣਾ ਰਾਈਟ ਆਨਸਰ ਕੀ ਆਊਗਾ 55 ਦਾ वह आऊगा अपने को दबनिया ठीक है, है? नेक्स्ट चलते हैं इनमें से कौन व्यंजन अलप प्राण है इन्हे कि व्यंजन है ठीक है जोड़ा अलप प्राण है तो अपना राइट आंसर की आएगा ख आएगा थ या च या फ तो अपना राइट आंसर की आऊगा इन चार ऑप्शनों फिफ्टी सिक्स का अपने को राइट आंसर आएगा सी चेड़ा व्यंजन इन अलप प्राण है च नेक्स्ट चलते हैं इनमें से कौन सा वर्ण स्पर्श व्यंजन नहीं है इन्हों चार्चों वो कि जरा वर्ण स्पर्श व्यंजन नहीं है नहीं है इन्होंने चीज़ा ध्यान रखना कि चीज़ा खास ध्यान रखना तुम क च टा रइट आंसर फिफ्टी सिक्स का सैवन का की आऊगा वो आऊगा अपने को ठीक है डी आएगा अपने को ਨੈਕਸਟ ਚਲਦੇ ਹਾਂ ਨਿਮਨ ਲਿਖਿਤ ਮੇਂ ਸੇ ਕੰਠੇਦਵਨੀਆਂ ਕੌਨਸੀ ਹੈ ਕ ਖ ਯਰ ਚ ਜ ਟ ਟਨ ਤਾਂ ਆਪਣਾ ਰਾਈਟ ਆਨਸਰ ਕੀ ਹੋਗਾ ਕਿਹੜੀਆਂ ਕੰਠੇਦਵਨੀਆਂ ਹਨ ਵਿੱਚੋਂ ਨਿਮਨ ਲਿਖਿਤ ਵਿੱਚੋਂ ਤਾਂ 58ਵਾਂ ਆਪਣੇ ਕੋਲ ਆਏਗਾ ਏ ਕ ਤੇ ਖ ਠੀਕ ਹੈ ਕੀ ਆਏਗਾ ਕ ਤੇ ਖ ਨੈਕਸਟ ਚਲਦੇ ਹਾਂ 59ਵਾਂ ਵਰਣਮਾਲਾ ਕਿਸੇ ਕਹਾਂਗੇ ਇਹਦਾ ਸਾਰੇ ਬੱਚਿਆਂ ਨੂੰ ਆਉਂਦਾ ਹੋਣਾ ਚਾਹੀਦਾ ਸ਼ਬਦ ਸਮੂਹ ਕੋ ਵਰਗੋ ਕੇ ਸੰਕਲਨ ਕੋ ਸ਼ਬਦ ਗੱਨਣਾ ਕੋ ਵਰਗੋ ਕੇ ਵਿਵਸਥੀ ਸਮੂਹ ਕੋ ਤਾਂ ਆਪਣਾ ਰਾਈਟ ਆਨਸਰ ਸਿੱਧਾ-ਸਿੱਧਾ ਤੁਹਾਡੇ ਸਾਹਮਣੇ ਪਿਆ ਹੋਇਆ ਹੁੰਦਾ ਹੋਣਾ ਚਾਹੀਦਾ ਤੁਹਾਨੂੰ ਜਿਹੜੇ ਬੱਚਿਆਂ ਨੇ ਫੇਸਬੁੱਕ ਵੈਬਸਾਈਟ ਟੈਲੀਗ੍ਰਾਮ ਇੰਸਟਾਗ੍ਰਾਮ ਇਹ ਸਾਰੀਆਂ ਚੀਜ਼ਾਂ YouTube ਨਹੀਂ ਫੋਲੋ ਕੀਤਾ ਤਾਂ ਕਰ ਲੋ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਤੇ ਇਨ ਫਿਊਚਰ ਚੱਲਣ ਵਾਲੀ ਹੈ ਤਾਂ ਰਾਈਟ ਆਨਸਰ ਕੀ ਆਊਗਾ 59 ਦਾ ਹੋਊਗਾ ਆਪਣੇ ਕੋਲੇ ਵਰਗੋ ਕੇ ਵਿਵਸਥਿਕ ਸਮੂਹ ਕੋ ਕੀ ਕਹਿੰਦੇ ਆ ਵਰਣਮਾਲਾ ਠੀਕ ਹੈ ਨੈਕਸਟ ਚੱਲਦੇ ਹਾਂ हिंदी की शदवनी है मूर्धन्य तालव्य दंत्य ओष्ठ्य तो सो हिंदी की जड़ी शदवनी की है तो अपना राइट आंसर किया आएगा शदवनी अपने कोलेगी है तालव्य ठीक है शदवनी तालव्य वेरी गुड तो बहुत-बहुत शुक्रिया कीमती समय देने ਲਈ सारे जेड़े लेक्चर है गे सेव करके रख लो अपने कोले पीडीएफ तन्नू प्रोवाइड करवा दीतीया जानीया सून एज पॉसिबल ਜੇ ਕੋਈ ਲਿੰਕ ਨਹੀਂ ਓਪਨ ਹੋ ਰਿਹਾ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ